ਭਾਈ ਗੁਲਜ਼ਾਰ ਤੇ ਭਾਈ ਮੁਹੰਮਦ ਸ਼ਫੀ ਹਾਜੀ ਨਾਇਤੁੱਲਾ ਤੇ ਲਿਆਕਤ ਸਾਹਿਬ ਅਸਲਾਮ ਵਾਲੇਕੁਮ ਨੰਬਰ ਹੀਰ ਦਾ ਚਾਰ ਟਿਪ ਟਾਪ ਮਿਊਜ਼ਿਕ ਸੈਂਟਰ ਹਾਜੀ ਨਾਇਤੁੱਲਾ ਬਾਈ ਸ਼ਰਤ ਹੈ ਜ਼ਿੰਦਗੀ ਮੇਲੇ ਜ਼ਿੰਦਗੀ ਦੇ ਤੇ ਮੈਂ ਗੱਲ ਪਿਆ ਕਰਦਾ ਸਾਂ ਤੇ ਮੇਰੀ ਸਰਕਾਰ ਸ਼ੇਰ ਲਿਖਦੇ ਨੀ ਸ਼ੇਰ ਲਾ ਰਿਹਾ ਸਾਂ ਸ਼ੇਰ ਪੂਰਾ ਨਾ ਹੋਇਆ ਅਯਾਲੀ ਤੇ ਆਉਂਦਾ ਸੀ ਨਾ ਯੂਨਸ ਵਾਂਗ ਹੋਇਆ ਤੇਰਾ ਰੱਬ ਬੇਲੀ ਢਿੱਡ ਡੰਬਰੇ ਦੇ ਵਿੱਚ ਉਹ ਤੜਨ ਲੱਗੋ ਅਸਲੀ ਤੇਸ ਕਦੀਮ ਦਾ ਛੱਡ ਟੁਰਿਓ ਪੈਰ ਉਪਰੇ ਦੇਸ ਵਿੱਚ ਤਰਨ ਲੱਗੋ ਸ਼ਾਲਾ ਤੜ ਅਖੀਰ ਤੇ ਤੀਕ ਦੇਵੀ ਜਿਹੜੀ ਗੱਲ ਪਿੱਛੇ ਬੇਲੀ ਮਰਨ ਲੱਗੋ ਵਾਰਸ ਸ਼ਾਹ ਅੱਲਾ ਫਤਿਹ ਦੇ ਤੈਨੂੰ ਪਿੰਡ ਵੈਰੀਆਂ ਦੇ ਜੱਟਾ ਵੜਨ ਲੱਗੋ ਅੱਛਾ ਯਾਰ ਸਪੁਰਦੇ ਖੁਦਾ ਫਿਰ ਜਾ ਤੂੰ ਮੈਂ ਮੇਰੀ ਸਰਕਾਰ ਦਾ ਮੁੱਖ ਸਿਰ ਬਿਆਨ ਕਰ ਰਿਹਾ ਹਾਜੀ ਜੀ ਮੁੱਖ ਸਿਰ ਬਿਆਨ ਸਰਕਾਰ ਦਾ ਕਰ ਰਿਹਾ ਕਿਉਂਕਿ ਇੰਨੇ ਅਸੀਂ ਮਾਹਿਰ ਨਹੀਂ ਪਰ ਯਾਰ ਇੱਕ ਗੱਲ ਸੁਣ ਜਾ ਮੇਰੀ ਯਾਰੀ ਨੇ ਆਖਿਆ ਉਹਨਾਂ ਦੇ ਬੜੇ ਝੇੜੇ ਨੇ ਲੰਮੇ ਬੜੇ ਝੇੜੇ ਲੰਮੇ ਨੇ ਪਰ ਉਹ ਮੇਰੀ ਸਰਕਾਰ ਲਿਖਦੇ ਨੇ ਯਾਰੀ ਨੇ ਆਖਿਆ ਜਿਸ ਲਈ ਇੱਥੋਂ ਚੱਲਿਆ ਨਾ ਵੇੜੇ ਖੇੜਿਆਂ ਦੇ ਜਦੋਂ ਜਾਏਗਾ ਉੱਥੇ ਜਾ ਕੇ ਅਲਖ ਜਗ੍ਹਾ ਬਣਾਈ ਕੁੜੀਆਂ ਪਿੰਡ ਦੀਆਂ ਆਨ ਕੁਹੇੜ ਕਰਸਣ ਚਿੜਕ ਛੰਭ ਕੇ ਮਗਰੋਂ ਲਾ ਬਣਾਈ ਉਹ ਫਕਰਾਂ ਜੋਗੀਆਂ ਵਾਲਾ ਸਭਾ ਰੱਖੀ ਇਸ ਲੰਕ ਨੂੰ ਦਾਗ ਨਾ ਲਾ ਬਣਾਈ ਵਿਹੜੇ ਖੇੜਿਆਂ ਦੇ ਤਿਲਕਣ ਬਾਜ਼ੀਆਂ ਨੀ ਜ਼ਰਾ ਸੋਚ ਕੇ ਕਦਮ ਟਿਕਾ ਬਣਾਈ ਪਰ ਗੱਲ ਇਹ ਵੇ ਸਾਹਿਤੀ ਨਾ ਅਕਲ ਸ਼ਊਰ ਵਾਲੀ ਉਹਨੇ ਨਾਲ ਤੇਰੇ ਮੱਥਾ ਲਾਵਣਾਈ ਚੌਦਾਂ ਤਰ੍ਹਾਂ ਦਾ ਇਲਮੋ ਜਾਣਦੀ ਏ ਉਸ ਫਕਰ ਤੋਂ ਖੌਫ ਨਾ ਖਾਵਣਾਈ ਉਹਦਾ ਯਾਰ ਮੁਰਾਦ ਬਲੋਚਿਆ ਉਹਨੂੰ ਰਮਜ ਦੇ ਨਾਲ ਸਮਝਾ ਬਣਾਈ ਸਾਈਦਾ ਪੱਕ ਦੁਸ਼ਮਣ ਤੇਰੀ ਜਾਣਦਾਈ ਤਰਲੇ ਕੀਤੀਆਂ ਬਾਜ ਨਾ ਬਣਾਈ ਹੁੰਦੇ ਵਸਨਾ ਰਾਂਝਿਆ ਦਾ ਛੱਡੀ ਜੇਕਰ ਸਗਵਾਂ ਯਾਰ ਨੂੰ ਪਾ ਬਣਾਈ ਮੇਰੇ ਅੱਖਣੇ ਤੇ ਕਰ ਲਈ ਅੰਬਲ ਪਾਈ ਜੇਕਰ ਹੀਰ ਨੂੰ ਕਿੰਨੇ ਲਿਜਾ ਬਣਾਈ ਯਾਰ ਮੇਰੀ ਨਸੀਹਤ ਯਾਦ ਰੱਖੀ ਤੇ ਯਾ ਸਪੁਰਦੇ ਖੁਦਾ ਅੱਲਾ ਚੰਗੀਆਂ ਕਰੇਗਾ ਉਹ ਮੇਰੀ ਸਰਕਾਰੀ ਖੇਲ ਲਿਖਿਆ ਭਾਈ ਭਾਈ ਗੁਲਜ਼ਾਰ ਤੇ ਅੱਜ ਜੀ
تے میاں محمد شفیع اے میلے زندگی دے اٹھ وگیا رب نو یاد کر کے ساتھ وچ دسیائی رونق پنڈ دی ویکھ کے بہت چنگی رانجے یار دا جو ترسیائی رانجے اگے یال دے قسم کھا کے نگر کھیڑیاں دے جا کے تسی آئی یارو کون سردا او گراں کیڑا اتے لوک کدوکنا وسی آئی اگے پنڈ دے کھوتے پرن پانی کڑیاں نال رانجا کھڑ ہسی آئی ویدا نام رنگ پور کھیڑیاں دا ویدا نام رنگ پور کھیڑیاں دا تے کسے پاگ پریچا دسی آئی نی یار ہیر داتا پامے جوگی سبحان اللہ واہ سہی دا قربان جائیے بھائی کی بنتا فرے سبحان اللہ سبحان اللہ کڑیاں آندیاں نے یار ہیر داتا پامے جوگی کسے لب لیا تے نہیں دسی آئی پانی پی ٹھنڈا چھاویں کوٹ بوٹی سن کے پنڈ دا نام کھڑی ہسی آئی او بابو واگ رنجٹڑا ہو گیا تے جدو نام جو ٹیٹیاں او دسی آئی کدی کرے جے رب سبب ملا ہویاں مدتا جی ترسی آئی کدی لے ہولاں کدی چول دائے کدی رو پیندا کدی ہسی آئی سنگی کھپری پاوڑی بن ٹریاں لکھ چا فقیر نے کسی آئی ارے کون سردار ہے پات کھانی شخی سخی شوں کیا نام جسی آئی وارث شاہ کرسان سب ہون راضی جمی اور دیاں دنا وچ وسی آئی میری سرکار نے لکھیا میری سرکار لکھیا چلایا گا رنگ پور کھیڑیاں دے وچ آجی جی تے پائی گلزار تے میاں محمد شفیع تسی سن رہے اس گل نو میری سرکار نے لکھیا کہ کدی ولیاں دے نور نہیں گجے رہ گئے کدی دولتاں چھپیاں نہیں رہ گئے میری سرکار نے شعر لکھیا ہے آندے نے نور فقر دیان ظہور ہویا نہیں دولتا رہ
ਭੈਣ ਛੁਪਾਈਆਂ ਨੀ ਆਸਮੰਦ ਖਲਕਤ ਰਜ਼ਾਨ ਹੋਈ ਅੱਗੇ ਫਕਰ ਚੌਕੂਟ ਨਵਾਈਆਂ ਨੀ ਉਹ ਕਈ ਬੁੱਢੀਆਂ ਸ਼ੇਰੀਆਂ ਉੱਠ ਟੁਰੀਆਂ ਹੱਥੀ ਪਕੜ ਡੰਗੋਰੀਆਂ ਆਈਆਂ ਨੀ ਕਈ ਦਾਨੀਆਂ ਅਤੇ ਪ੍ਰਧਾਨੀਆਂ ਨੇ ਸਭੇ ਚੱਲ ਫਕੀਰ ਤੇ ਆਈਆਂ ਨੀ ਆਂਦੀਆਂ ਨੇ ਉਹ ਫਕੀਰ ਦੇ ਕੋਲ ਆ ਕੇ ਬਹਿ ਗਈਆਂ ਗੱਲ ਕੀ ਸੀ ਹਾਂਜੀ ਜੀ ਗੱਲ ਇਹ ਸੀ ਕਿ ਕਰੀ ਬੰਦਾ ਉਦੋਂ ਫਕੀਰ ਹੁੰਦਾ ਹੈ ਜਦੋਂ ਦੁਨੀਆ ਤੇ ਆਉਂਦਾ ਜਦੋਂ ਤੁਰਦਾ ਹੈ ਜਦੋਂ ਤੁਰਦਾ ਹੈ ਉਦੋਂ ਵੀ ਬੰਦਾ ਫਕੀਰ ਹੁੰਦਾ ਆਂਦਾ ਜਿਸ ਵੇਲੇ ਬੰਦਾ ਟੁਰ ਗਿਆ ਤੇ ਲੋਕਾਂ ਸੁਣਿਆ ਚਲੋ ਨੀ ਅੱਜ ਤਾਂ ਵੇਖ ਲਈਏ ਅੱਜ ਤਾਂ ਆਖਰੀ ਮਿਲਣਾ ਹੈ ਅੱਜ ਤਾਂ ਆਖਰੀ ਮਿਲਣਾ ਹੈ ਮੇਰੀ ਸਰਕਾਰ ਨੇ ਲਿਖਿਆ ਆਂਦਾ ਕਈ ਦਾਨੀਆਂ ਤੇ ਪ੍ਰਧਾਨੀਆਂ ਨੀ ਸਭੇ ਚੱਲ ਫਕੀਰ ਤੇ ਆਈਆਂ ਨੀ ਹੈ ਇੱਕ ਦਰਸ਼ਨੀ ਲੈਣ ਫਕੀਰ ਆਈਆਂ ਆਸਾ ਰੱਬ ਨੇ ਤੁਰਤ ਉਹ ਚਾਈਆਂ ਨੀ ਕੋਈ ਆਖਦੀ ਵੇ ਪੁੱਤਰ ਪਰਦੇਸ ਗਿਆ ਕੋਈ ਆਉਂਦੀ ਪੁੱਤ ਪਰਦੇਸ ਗਿਆ ਢਿੱਲਾਂ ਉਸ ਨੇ ਕਾਸ ਨੂੰ ਲਾਈਆਂ ਨੀ ਇਹ ਕੋਈ ਆਖਦੀ ਬੁਰਾਏ ਸੱਸ ਸਹੁਰਾ ਨਿਤ ਕਰੇ ਨਨਾਣ ਲੜਾਈਆਂ ਨੀ ਸੀਨੇ ਜੰਮ ਗਿਆ ਇਸ਼ਕ ਦੀ ਪਾਪੜਕੀ ਚੋਲੀ ਚਿੰਗ ਚਵਾਤੀਆਂ ਲਾਈਆਂ ਨੀ ਅੱਛਾ ਬਾਈ ਬੰਦਾ ਆ ਜੀ ਜੀ ਦੁਨੀਆਂ ਤੋਂ ਟੁਰ ਗਿਆ ਤੇ ਸਾਰੀ ਦੁਨੀਆਂ ਆ ਗਈ ਬਾਈ ਵੇਖਣ ਵਾਸਤੇ ਹੈ ਆ ਗਈ ਉੱਥੇ ਫਿਰ ਉਹਨੂੰ ਤਾਂ ਨਹੀਂ ਰੋਂਦੇ ਨਾ ਹਰ ਟੱਪ ਆਪਣੇ ਖੁੱਲ ਜਾਂਦੇ ਨੇ ਕੋਈ ਆਉਂਦੀ ਉੱਤਰ ਪ੍ਰਦੇਸ਼ ਗਿਆ ਢਿੱਲਾਂ ਉਸਨੇ ਕਾਹ ਸੁਣਾਈਆਂ ਨੀ ਉਹ ਮੇਰੀ ਸਰਕਾਰ ਨੇ ਆਖਿਆ ਆਪਾ ਆਪਣੇ ਰੋਣ ਰੋਂਦੀਆਂ ਬਹੁਤ ਕੁਰਲਾਈਆਂ ਨੀ ਜਿਹੜੀਆਂ ਬਾਲਕਾਂ ਕੁਆਰੀਆਂ ਛੋਰਾਂ ਸਨ ਰੰਜ ਸੱਦ ਕੇ ਕੋਲ ਬਿਠਾਈਆਂ ਨੀ ਨੀ ਜਾਓ ਕੋਰੀਆਂ ਠਿਕਰੀਆਂ ਤੁਸੀਂ ਜਾ ਕੇ ਜਿਹੜੀਆਂ ਆਵੀਆਂ ਤੋਂ ਅੱਜ ਲਾਈਆਂ ਨੀ ਰਾਂਝ ਆਖੀਆਂ ਤੇ ਜ਼ਰਾ ਨਾ ਉਜ਼ਰ ਹੋਇਆ ਪਾਸ ਲਿਆ ਕੇ ਢੇਰੀਆਂ ਲਾਈਆਂ ਨੀ ਫਿਰ ਕੋਲਾ ਕਲਮ ਦੁਆਤ ਬਣਾ ਕੇ ਤੇ ਉਹ ਕੋਲਾ ਹੀ ਹੁੰਦਾ ਹੈ ਨਾ ਉਹ ਕਲਮ ਦੁਆਤ ਕੋਲਾ ਹੀ ਉੱਥੇ ਹੁੰਦਾ ਹੈ ਕੋਲਾ ਕਲਮ ਦੁਆਤ ਬਣਾ ਕੇ ਤੇ ਲੀਕਾਂ ਖਿੱਚ ਕੇ ਹੱਥ ਫੜਾਈਆਂ ਨੀ ਕਿਸੇ ਕੜੇ ਵਿੱਚ ਪਾਉਣ ਦਾ ਹੁਕਮ ਕੀਤਾ ਸਾਰੇ ਟੱਬਰਾਂ ਕੋਲ ਪਿਆਈਆਂ ਨੀ ਤੇ ਕਿਸੇ ਆਖਦਾ ਗਲੇ ਦੇ ਵਿੱਚ ਰੱਖੀ ਕਿਸੇ ਲੱਕ ਦੇ ਨਾਲ ਬਣਾਈਆਂ ਨੀ ਵਾਹ
ਰੱਬ ਮਿਲੇਗਾ ਕਰੀਬ ਛੁਨਿਆ ਨੂੰ ਨਿਤ ਕਰਨ ਫਕੀਰ ਦਵਾਈਆਂ ਨੀ ਸੱਸ ਸਾਵਰਾ ਸਭ ਮੁਰੀਦ ਸੁਣ ਖਾਵਦ ਨੰਦਾ ਸਣੇ ਚੁਕਾਈਆਂ ਨੀ ਵਾਰਸ ਸ਼ਾਹ ਫਕੀਰ ਨੇ ਆਇਓ ਸਭ ਰੰਨਾ ਤਿੱਦਾ ਟੰਗ ਕਰਕੇ ਮਗਰੋਂ ਲਾਈਆਂ ਵੇ ਫਿਰਨ ਬਾਲ ਕੁੜੀਆਂ ਫਿਰਨ ਬਾਲ ਕੁੜੀਆਂ ਮਗਰ ਜੋਗੜੇ ਦੇ ਮਾਨ ਲਾ ਮੇਰੀ ਸਰਕਾਰ ਜਦੋਂ ਲੱਗੇ ਨੇ ਫਿਰਨਾ ਦੂਰ ਲੈ ਸਲਾਮ ਫਿਰ ਮਾਲ ਕੁੜੀਆਂ ਮਗਰ ਜੋਗਣੇ ਦੇ ਖੈਰ ਮੰਗਦਾ ਹੀ ਕਰਾਂ ਸਾਰਿਆਂ ਦੇ ਅੱਜੂ ਗਿਆ ਕਿਆ ਇਹ ਬੁਲਖ ਡਿੱਠਾ ਹਾਲ ਸੁਣੋ ਕੰਨ ਪਟਿਆਂ ਪਾਰਿਆਂ ਦੇ ਕਰਾਂ ਕੌਣ ਤਰੀਫ ਮੈਂ ਖੇੜੀਆਂ ਦੀ ਡਾਰਾ ਸਿਰ ਚ ਤਰਫ ਕਵਾਰੀਆਂ ਦੇ ਮਾਰਿਆ ਆਸ਼ਿਕਾਂ ਦੇ ਕਰਨ ਚਾ ਬੇਰੇ ਨੈਣ ਤਿੱਖੜੇ ਨੋਕ ਕਟਾਰੀਆਂ ਆਸ਼ਕਾਂ ਨੂੰ ਤੋੜੇ ਨਾਲ ਨੈਣਾ ਤੇ ਨੈਣ ਰਹਿਣ ਨਹੀਂ ਹਰਿਆਰੀਆਂ ਦੇ ਏਸ ਜੋ ਬੁਣੇ ਦੇ ਵਨਚਾਰਿਆਂ ਨੂੰ ਮਿਲੇ ਆਣ ਸੁਦਾਗਰ ਬਾਰੀਆਂ ਦੇ ਸੁਰਮਾ ਫੁੱਲ ਦੰਦਾ ਸਡਾ ਸਬਜ਼ ਮਹਿੰਦੀ ਲੁੱਟ ਲੈ ਨੀ ਹੱਟ ਉਹ ਸਾਰੀਆਂ ਦੇ ਉੱਥੇ ਖੋਲ ਕੇ ਅੱਖੀਆਂ ਵੇਖਦਾ ਏ ਜਿਵੇਂ ਖਾਬ ਵਿੱਚ ਮੇਲ ਕੁਵਾਰੀਆਂ ਦੇ ਕਦੀ ਬੋਲ ਪੈਂਦਾ ਕਦੀ ਚੁੱਪ ਕਰਦਾ ਕਦੀ ਕਰਦਾ ਹੀ ਸੁਖਣ ਕਰਾਰੀਆਂ ਦੇ ਉਹ ਨੈਣਾ ਨਾਲ ਕੱਲੇ ਜਿਹੜਾ ਉਹ ਖਿੱਚ ਕੱਢਣ ਦਿਸਣ ਬੋਲਣੇ ਮੁੱਖ ਵਿਚਾਰੀਆਂ ਦੇ ਉਹ ਗਿਰਦਿਆਂ ਹੋਈਆਂ ਬੈਠਾ ਵਿੱਚ ਝੂਲੇ ਬਾਦਸ਼ਾਹ ਜਿਵੇਂ ਵਿੱਚ ਹਮਾਰੀਆਂ ਦੇ ਫਾਰਸੀ ਸ਼ਾਹ ਨਚਲੜੇ ਰਹਿਣ ਨਹੀਂ ਉਹ ਜਿਨ੍ਹਾਂ ਨਰਾਂ ਨੂੰ ਸ਼ੌਂਕ ਨਿਆਰੀਆਂ ਦੇ ਕੁੜੀਆਂ ਜੋਗੀ ਦੀ ਤਰ੍ਹਾਂ ਸਾਰੀ ਫਿਰ ਕਰੀ ਹੱਸਦੀਆਂ ਹੱਸਦੀਆਂ ਆਈਆਂ ਨੇ ਨੀ ਮਾਂ ਇੱਕ ਜੋਗੀ ਸਾਡੇ ਨਗਰ ਆਇਆ ਕੰਨੀ ਉਸ ਨੇ ਮੁੰਦਰਾਂ ਆਈਆਂ ਨੇ ਨੀ ਗੱਲ ਸਹੇਲੀਆਂ ਅਤੇ ਮਹਿਰਾਬ ਮੱਥੇ ਮਡਗਾਨੀਆਂ ਅਜਬ ਸੁਹਾਈਆਂ ਨੀ ਜੱਟਾਂ ਸੋਂਦੀਆਂ ਛੈਲ ਉਸ ਨੱਡੜੇ ਨੂੰ ਜਿਵੇਂ ਚੰਨ ਦੁਆਲੇ ਘਟਾਂ ਆਈਆਂ ਨੀ ਨੀਵੀਂ
نظر فرنا روس نو پا دیا مائیاں نی خونی اکھیاں نشے دے نال پریاں نی نینا کھیویاں سان چڑھائیاں نی جیڑیاں خوئی اتے نی پانی پر دیاں سن او تاس دیاں کرانو آیاں نی سچ پچھو تے حوصلہ کچھ نہیں گلا میٹھیاں بہت او تائیاں نی کدی کنگ وجا کے کھڑا ہوئے کبھی سواتے اسیاں پائیاں نی او دے حسن دیوانیاں نی کیتیاں نی کمال کر چھڑی میری سرکار نے ٹھیک سرکار نے جو لکھیا ٹھیک لکھیا ہے او دے حسن دیوانیاں کیتیاں نے نی گلاں میٹھیاں بہت رسائیاں نی کبھی رمبل نجوم دا واچ ویکھے تے کدی کوک کے دے دوہائیاں نی اس طرح کر کے کڑیاں جا کے تے آپ اپنے گھر دے تعریف کر رہی ہیں وہ تعریف تو میری سرکار نہیں ہے تسی سمجھ گئے ہو جی جی اس تو تے ہن کی بندہ سمجھا سکتا ہے ہونی اکھیاں نشے دے نال بریاں صدا گوڑیاں لال سوائیاں نی وارس شاہ چلا نی بال ناتھ دائے چوکا اوس پریم دیاں لائیاں نی اس طرح کر کے میری سرکار نے لکھیا کہ پھر پھر کر جان نانے گل کیتی بابی ایک جوگی نو آیا نی کنی اس دے درشنی مندراں نے نی گل ہے کلا عجب سہایا نی پھر ٹونڈدا وچ حویلیاں دے جانی یار کوئی اوس گوایا نی دردان نال پکار دا او میل سائیاں جا پہ یار کوئی اوس گوایا نی نی ابراہیم آدم جی میں حسن بصری تے تن خاک دے وچ رلایا نی لوگ بھی دس دائی کسے چیز دانی سانگ جوگیاں دا بن کے آیا نی سسی وانگ جوان کے عشق اندر تے لالچ نیند دے یار گوایا نی کوئی آخ دی سی
राजा पंथी जी ए राज हुकुम त्याग ते आया नी। फिर तक नोटियां छैन कुड़ियां नी मन किसे ते ना परमाया नी। हीरे किसे रजवंश दा ओ पुत्र रूप दुद तो दून सवारी नी तुम्हें दस खाना लिखिया हीरे आदि वास्ते कन पड़वाया नी। कोई आख दी थे ता नहीं जोगी ईर वास्ते कन पड़वाया कोई आख दी ये तो नहीं जोगी नीर वास्ते कन पड़वाया कोई कुछ आखे कोई कुछ आखे आशिक एक नहीं चित थे लिया नी। काम रूप ते दूसरी काम लटा न्यू लाख नफा की पायरी आखण तब तो हजारू नी ये जोगी बाले नाथ तो जोग ले आया नी। वारस शाए फकर तानी खाली किसे कारने दे उते आया नी। ईर तक जाके ते कुड़ियां तारीफ की थी नी एक जोगी आया है दी सारे आर जोगी दे दसे मेरी सरकार एक शेर लिखते ने पाई गुलजार ते पाई शफी मोहम्मद आंधी ए मुठी मुठी ना गल ए करोड़ियो नी मुठी मीट के मैं बह गई जेनी। तुसा ए जदोकनी नी गल कीती खली तली मैं रुड़ गई जेनी। नी गए टुट तरान ते अकल डुबी मेरे तू कले जड़े पई जेनी। मस पिने दा नाम जो लेंदियां हो ते गल्ला सुन दे आई जिंद गई जेनी। जिता मां बाप कोई पहन पाई कौन करेगा उस दी सही जेनी। पावें पुखड़ा राह विच रह डठा किस खबर ना उस दी नहीं जनी। नहीं रब दे गजब तो लोक डरदे मथे लेख दी रेख वह गई जनी। ओदियां सहेलियां तू नी मैं वाद कती वारो वार सदकड़े गई जनी।
कर रहे सन गल कि नहीं रब दे गज़ब तो लोग डरदे मथे लेख दी रेख पह गई जनी नियाओ पुछिए खां उस नडणे नू जिदी तुम त्रिंजणी पई जनी जिदा मां ना बाप कोई भैन पाई कौन करेगा उस दी सही जनी नी जेड़ी मां दा पुत्र फकीर होया दिता रब दा ओ सह गई जनी जिदा वीर अमीर फकीर होया भैन उस दी जीवन दी रही जनी जेड़ी नंदी ने यार दे कन पाटे नीओ लंदड़ी चौड़ हो गई जैनी गलियां विच दीवानड़ी नीओ होग फिर दी जोगी यार होया मर गई निफक अकत तुरा दे पंग पोसत मौत उसने मुल क्यों ले जनी खेला के देश विच फिरे पौंदा होया जोगियां नाल इक मई खेला के देश विच फिरे बंदा कीती उस तकदीर ने कई जनी वारस शाह फिरदा दुखा नाल भरिया कलकत उस दे मगर क्यों पई आंदी नी गली ला के किवें लियाओ उनू रल पुछ लिए केड़े थां दानी आया किस तरफ नी किथे जावना सू की नाम सुबाब दे मादनी कौन गुरु किसने कन पाड़े चेला किस दायो सदा दानी वेख मजियो रोइयो बेट वलों रावी ब्यास दाई के चना दानी नी बिच तिंजना फिरे खवार हुंदा अंत उस दा कोई ना पांदा नी वारस शाह परौंठा कासदाए अते पिछे या मंग के खांदा नी जाओ नी जाओ जोगी दा पता करो उन्हों लियाओ नहीं मेरे को मैं वेखा तो से जोगी कौन है कुड़ियां जांदियां ने
میری سرکار ایک شیر لکھتے نے سید نے کمال کر چڈیا جی جی جس لیے جا کے جوگی نو ویکھیا آندیاں نے سیو کڑیاں ویکھیا آپ گل کر دیا نے نا سیو ویکھو نی مست الست جوگی جدے رب جدا رب دے ول دھیان ہے نی سونا پھل گلاب مشوق نڈا راج سکھڑ تے سکھ سبحان نی سونے جانور گی خاک کر کے رلن خاک فقیران دی جان ہے نی اڑیو اے سانو نظری آمدائے نجی میں ہیر دی خاص امان ہے نی آندیاں نے جویں اسی مٹیاریاں رنگ پریاں تیویں بھی سڈڑا حال ہے نی آؤ پوچھیے خان کیڑے دیس دائے آتیس دا کیڑا مکان ہے نی وارس شاہ فقیر بن ہرس غفلت نی یاد رب دی وچ گلتان ہے نی او کوئی آگ رانج دے نین ویکھے کیوں ویکھن دے قابل جو سن کوئی آگ رانج دے نین ویکھے تے کوئی مکھڑا ویکھ سلا دیئے سیو ویکھو نی شکل اس جوگڑے دی راج اندڑے مرگ فسا دیئے او کوئی مکھ رنجیتے دے نال جوڑے تیری تبا کی جوگیا چاں دیئے کوئی اوڈنی لا کے بدن بونجے تے کوئی مل پپوت لگا دیئے کائی نال پیار دے بیٹھ اگے کوئی گل کر دی شرما دیئے سیتی چاہ دے نالک لڑ کر کے دو تین سیلیاں توڑ گوا دیئے راج پوچھیا کون ہوئے ڈڈی تیتی اجو دی کوئی سنا دیئے وارس شاہ ننانے ہیر دیئے تیتی کھیڑی آئے بات شاہ دیئے راج پوچھیا اے کڑی کون ننان
ਤੇ ਖੇੜਿਆਂ ਬਾਦਸ਼ਾਹ ਦੀ ਧੀ ਤੇ ਸਹੇਲੀਆਂ ਮੇਰੀਆਂ ਤੋੜਦੀ ਬਈ ਅਜੂ ਧੀ ਰੱਖੀ ਤਾੜੇ ਮਾਰਦੀ ਜੀ ਇਹ ਮੁਸ਼ ਚੰਡੜੀ ਤਿੰਨੀ ਗੁੰਮਦੀ ਏ ਉਹ ਫਿਰ ਨੱਚਦੀ ਏ ਬੁਰਹਾਨ ਕੋੜੀ ਨਾ ਏ ਕੱਤ ਦੀ ਤੇ ਨਾ ਏ ਤੁਮ ਦੀਏ ਉਹ ਕਰੇ ਬੇਅਦਬੀਆਂ ਨਾਲ ਫਕਰਾਂ ਸਗੋਂ ਸਹੇਲੀਆਂ ਨੂੰ ਨਹੀਂ ਉਹ ਚੁੰਮਦੀ ਏ ਤੋੜ ਸਹੇਲੀਆਂ ਮਾਰਦੀ ਫਕਰ ਤਾਈ ਸਗੋਂ ਮਿਲਦੀਆਂ ਮੈਨੂੰ ਠੁੰਮਦੀ ਏ ਇਹ ਸਰਦਾਰ ਲੋਕਾਂ ਰੇਕਾਂ ਦੀ ਇਹ ਉਹਨਾਂ ਦੀ ਸਰਦਾਰ ਹੋਵੇਗੀ ਜਿਹੜੇ ਇਹਨਾਂ ਦੀ ਪੈੜੀ ਵਾਹੁੰਦੇ ਸਰਦਾਰ ਲੋਕਾਂ ਰੇਕਾਂ ਦੀ ਇਹ ਮੁਸ਼ ਟੰਡੜੀ ਹਾਂ ਪੀਣ ਡੋਲਦੀ ਤੇ ਕੌਣ ਲੁੰਮਦੀ ਏ ਵਾਰਸ ਸ਼ਾਹ ਦਿਲ ਆਉਂਦਾ ਏ ਚੀਰ ਸੱਟਾਂ ਪਰ ਬੁਨਿਆਦ ਜ਼ੁਲਮ ਦੇ ਘੁੰਮਦੀ ਏ ਉਹ ਪਿੱਛੋਂ ਹੋਰ ਆਈਆਂ ਮੁਟਿਆਰ ਕੁੜੀਆਂ ਵੇਖ ਜੋਗੜੇ ਨੂੰ ਮਹੁਮਤ ਹੋਈਆਂ ਅੱਖੀਂ ਨੱਡੀਆਂ ਰਹੀਆਂ ਉਹ ਮੁੱਖ ਬਿੰਨੇ ਟੰਗ ਬਾਂਵਗਾ ਬੇ ਸੱਤ ਹੋਈਆਂ ਵੇਖ ਜੋਗੜੇ ਨੂੰ ਬਿਲੋ ਰੀਝ ਪਈਆਂ ਮੂੰਹੋਂ ਕਹਿਣ ਕੀ ਕਰ ਆਇਲ ਪੱਤ ਹੋਈਆਂ ਕਿਹੜਾ ਕੱਤਿਓ ਨੀ ਉਹ ਗਿਰਦ ਜੋਗੜੇ ਦੇ ਛੇੜ ਚਾੜ ਉੱਤੇ ਪੰਜ ਸੱਤ ਹੋਈਆਂ ਮੇਰੇ ਸਰਕਾਰ ਲਿਖਦੇ ਨੇ ਧੁੱਪਿਆਂ ਕਲੋਤੀਆਂ ਸਭ ਜਣੀਆਂ ਫਿਰ ਮੁੜ ਕੇ ਡੁੱਬੀਆਂ ਤੇ ਰੱਤੋ ਰੱਤ ਹੋਈਆਂ ਵਾਰਸ ਸ਼ਾਹ ਰੰਜੇਟੇ ਤੇ ਨੱਡੀਆਂ ਦੀਆਂ ਉਹ ਗੱਲਾਂ ਅਨੰਤ ਸਾਹਿਬ ਤੋਂ ਅੱਤ ਹੋਈਆਂ ਆਂਦੀਆਂ ਨੇ ਸੁਣੀ ਗੱਭਰੂਆ ਬਾਂਕਿਆ ਮੁੰਡੇ ਆਵੇ ਤੇ ਨੈਣਾ ਖੀਵੀਆਂ ਮਸਤ ਦੀਵਾਨੇ ਆਵੇ ਇਹਨਾਂ ਜੱਟਾਂ ਦਾ ਪੁੱਤਰ ਤੂੰ ਕੌਣ ਜਾ ਤੂੰ ਅਸੀਂ ਸਾਰੀਆਂ ਮਗਜ਼ ਖੁਪਾਨੀਆਂ ਵੇਰਾਂ ਜਾਂ ਤਖਤ ਹਜ਼ਾਰੇ ਦਾ ਜਾਪ ਨਾਈ ਅਸੀਂ ਪੁੱਛਦੀਆਂ ਗੱਲ ਸ਼ਰਮਾਨੀਆਂ ਵੇ ਸੁਮਰ ਕੀ ਵਹਿਦੇ ਪੈ ਤੈਨੂੰ ਕਿਉਂ ਫਿਰ ਨਾ ਦੇਸ ਬੇਗਾਨਿਆਂ
वे किसे रन भाभी बोली मारी होई एक साड़ी ओ सुनाल ओ तन आवे विचो नैन हसन होठ पेत दसन अखी मीट ना नाल बहाने आवे विच तिंजना पवे वचार तेरी होवे जिक्र तेरा चकी आने आवे नाले हस दिया ते मुस्कुरा दिया ने ते नाले आंदियां असी हुण जानियां वे मुट्ठी भर ते मछलियां हो पुछण उन्हें पुछ के ते तुर जानियां वे वारसिशा गुमान ना पवे मियां आए वे हीर दिया माल खजाने आवे राजे आख्या ख्याल ना पवो बेरे सब पाशियां फकीरां दा ओ देश क्या तू जावांग ममोलियानी देश छड़े असा जात सफात ते पेश किया जेड़ा वतन ते जात वल ध्यान रखे दुनियादार फिर ओ दरवेश किया जिन्ना खाक दर खाक फना होना वारस शाह फिर उन्ना नू पेश किया कोई आसान वली सुख नहीं नजर राम दा जग जहूर जिया दस्तार पजवाड़ियों खूबे आवे आते बाप ता नहीं कसूर जिया ओ दान दीन जेड नया बल कोई ते जिक्र रब दे जेड नहीं ओ नूर जिया अगे नजर दे मजा मशूक दाए अते टोल सुहां दाए दूर जिया अगे नजर दे मजा मशूक दाए अते टोल सुहां दाए दूर जिया कश्मीर जिया नहीं मुल्ख कोई नहीं चानना चंद दे नूर सहती जेड नी होर झगड़ेल कोई अते सोना होर नी ऊर जिया खेड़ जेड नी नेक नसीब कोई ते कोई थानी बैतुल ममूर था केड़ा जिथे मलैक तो आप कर देंगे एक खाना काबा चुका या फिर जमीन तो
ایک خانہ کار بات چک کے اللہ دے حکم نال ملائک اتے لے گئے سن آسمان تے اتے ملائک طواف کردے نے انہوں سدے نے بیت المامور رنج جیڑ مائی سینا سرد کوئی حضور علیہ السلام وچ غصے والا پتا ہی کڈ چھڑیا کوئی تھا نہیں گرم تندور جیا غصے جیڑ نہیں کوئی چیز کوڑی میٹھا یار دے لباں دے بور جیا حضرت نو جیا کشتی مان نہیں ہاتھ لنگنا پلڑے پور جیا نیکو کار نہیں وانگ حسین کوئی سبحان اللہ نیکو کار نہیں وانگ حسین کوئی تے بدکار نشمر لنگور جیا درد مند فاطمہ جید کوئی تے پتر نہیں عباس سپور جیا اوے علی جیڑ نا سخی دلیر کوئی پہلوان نی مرد مشہور جیا او پنج تن دے جیڑ نا بیت کوئی شان فقر دے نور ظہور جیا تے نبی پاک جیا مرسل اکوی نہیں تو جیا خاص حضور جیا او ملوانیا وہ ملوانیا جیڑ بخیل نائی خوش خلق سداد سپور جیا غیرت والا نا شیر دے جیڑ کوئی تے بے غیرت نہیں کوئی سور جیا قبر جیڑ نہیں انتظار کوئی پند موت دا ٹرن ضرور جیا ان جیڑ نہ ہور بدبو کوئی بانس دار نی ہور کچور جیا عاشق وانگ نہ چاڑ چپٹ کوئی کوئی چپ نہیں آئے کپور جیا وارس شاہ جیا گنہگار کوئی نہیں تے بخشن ہار نی رب غفور جیا سرکار دے بیان تے بہت نے پر ذرا مختصر بیان سے کرنا میری سرکار لکھ دے نے رانجا چلدا چلدا گدا کردا کردا شہر وچ سیر کردا ہیں کڑیاں نے آکھا چلو پھر سیر کرو ہیں سب بن کے ہتھ کھلو گیاں جوگی ارد ساڈی اک مان لیجے
چلو سیر کرو نگر کھیڑیاں دے جوگ پنتھ دا کجی گیان کیجے منظور آیتی رب تائی اوپر بندگی کچھ نہ مان کیجے وارس شامیاں نہیں کرو آکڑ فرعون دی طرف تہان کیجے او کار چلا رانجے نظر آیا شیر انیر دی چاہ نہیں ویکھیا نہیں لگا چھوٹا شیر شیر بڑا کمال ہے رانجا گدا چڑھ پیا کڑیاں اکھ لگ کے آندا کر اچلا رانجے نو نظر آیا لچ لوئیاں کتے چوتانیاں نی کتے کڑتلاں دے منجے پے ڈٹھے کتے کلیاں نال میدانیاں نی اوتھے ایک چھن چھوڑی جئی بیٹھی تے باقی کار دے وچ گلتانیاں نی وارس پلنگ اتے نانگن ویل بیٹھی وارس پلنگ اتے نانگن ویل بیٹھی تے جیمے رنگ محل وچ رانیاں نی پوچھیا کڑیاں پوچھتا یہ کر کے دکڑیاں کیا حکم پا کے لانا من لئیے وارد ہو جائے تقدیر جتھے حکم منیا اولیاں انبیاں نے تابیا ہوئے نی پیر فقیر تھے وے کر مہر دائی ہوئی جو گیا وے یہ ہوئی کر مہر دائی ہوئی جو گیا وے سائتے ویاں کے لیندڑی ہیر جتے رو رو کے اج توں کڈنی ہے نک نال حدیث لکیر جتے اوتھے دانش مند حیران رہندے پیش جائے نہیں تدبیر جتھے وارس کوڑ مکان تے رج رہے ہو ایک دم دی نہیں کھلیر جتھے آندے نے میری سرکار ایک شیر لکھدا ہے سید وارث شاہ شیر لکھیا پائی گلزار تے میاں محمد شفیع کیوں کیسٹ نکڑ تے آ گئی ایک شیر ہو رہ گیا سہتی نکلی تے آندی جی نیت سی تیری مراد ملیا کرو کری پھرے چاہتی پام نائے پھرے منگدا پونکدا خوار ہوندا وے لکھ دگے پخنڈ جگانا ہے
किस दसिया किस पढ़ा